watch more videos, please subscribe Wosm Entertainment and ring the bell for the notification. ਤੁਸੀਂ ਇੰਜੋਏ ਕਰ ਰਹੇ ਜੀ ਬਾਲੀਵੁੱਡ ਅਤੇ ਬਾਲੀਵੁੱਡ ਦਾ ਬੈਸਟ ਇੰਟਰਟੇਨਮੈਂਟ ਚੈਨਲ ਵਾਸਮ ਇੰਟਰਟੇਨਮੈਂਟ, ਜਿੱਥੇ ਤੁਹਾਨੂੰ ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਸਾਰੀਆਂ ਖਾਸਮ ਖਾਸ ਅਪਡੇਟਸ ਮਿਲਦੀਆਂ ਨੇ। ਤੇ ਅੱਜ ਗੱਲ ਕਰਦੇ ਹਾਂ ਡਰਾਮਾ ਕੁਈਨ ਰਾਖੀ ਸਾਵੰਤ ਦੀ, ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਦੇਸ਼ ਭਗਤ ਦੱਸਦੀ ਹੈ ਤੇ ਕਹਿੰਦੀ ਹੈ ਜੇ ਮੇਰਾ ਬੱਸ ਚੜੇ ਤਾਂ ਹਜ਼ਾਰਾਂ ਬੰਬ ਮੈਂ ਆਪਣੇ ਸਰੀਰ ਉੱਤੇ ਲਾ ਕੇ ਪਾਕਿਸਤਾਨ ਦੇ ਵਿੱਚ ਜੰਪ ਮਾਰ ਜਾਂ। ਵੈਸੇ ਰਾਖੀ, ਅਗਰ ਆਪ ਐਸਾ ਕਰਕੇ ਵਹਾਂ ਪੇ ਜੰਪ ਮਾਰ ਗਈ ਤੋ ਬੰਬ ਫਟੇ ਨਾ ਫਟੇ, ਲੇਕਿਨ ਆਪਕਾ ਜੋ ਹਸ਼ਰ ਹੋਗਾ ਉਸਕਾ ਤੋ ਖੁਦਾ ਹੀ ਗਵਾਹ ਹੋਗਾ, ਕਿਉਂਕਿ ਸਾਰੀ ਦੁਨੀਆ ਜਾਣਤੀ ਹੈ ਆਪ ਕਿਤਨੀ ਬੜੀ ਡਰਾਮਾ ਕੁਈਨ ਹੈ। ਆਈਏ ਦਿਖਾਤੇ ਹੈਂ ਆਪਕੋ ਆਖਿਰ ਕਿਸ ਤਰ੍ਹਾਂ ਸੇ ਖਲੀ ਕੇ ਸਾਥ ਬੈਠ ਕਰ ਰਾਖੀ ਕਹਿ ਰਹੀ ਹੈ ਕਿ ਮੈਂ ਪਾਕਿਸਤਾਨ ਤਬਾਹ ਕਰ ਦੂੰਗੀ। ਅਰੇ ਰਾਖੀ, ਜਿਤਨੀ ਅਦਾਏ ਖੁਦਾ ਨੇ ਆਪਕੋ ਬਖਸ਼ੀ ਹੈ ਉਸਕੇ ਬਾਅਦ ਆਪਕੋ ਪਾਕਿਸਤਾਨ ਬੰਬ ਲਗਾ ਕੇ ਤਬਾਹ ਕਰਨੇ ਕੀ ਤਾਂ ਜ਼ਰੂਰਤ ਹੀ ਨਹੀਂ ਹੈ, ਉੱਦਾਂ ਹੀ ਚਲ ਜਾਓ ਸੋਹਣੇ ਹੋ, ਤੁਹਾਨੂੰ ਦੇਖ ਕੇ ਹੀ ਪਾਕਿਸਤਾਨ ਅੱਧਾ ਤਬਾਹ ਹੋ ਜੂ। और देश के लिए हम जान भी दे सकते हैं। तो मैं तो यही कहूंगी कि मैं राखी सावंत इंडियन हूँ, इस देश की नागरिक हूँ, अगर देश को मेरी जरूरत है तो मैं हजार दो हजार बॉम्ब लगा के पाकिस्तान में कूद जाऊंगी। हाँ भाई, ये देश के लिए जान दे सकती हूँ। बॉलीवुड और बॉलीवुड की और ताजा अपडेट्स के लिए कीप वॉचिंग वॉसम एंटरटेनमेंट। इट्स वाओ, इट्स ऑसम, इट्स वॉसम एंटरटेनमेंट।